ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋ ਕੇ ਗਾਇਕ ਐਲੀ ਮਾਂਗੜ ਤੇ ਰੰਧਾਵਾ ਬ੍ਰਦਰ ਵੱਲੋਂ ਜਿੱਥੇ ਇੱਕ ਦੂਜੇ ਦੇ ਖਿਲਾਫ ਸ਼ਬਦੀ ਜੰਗ ਚੱਲ ਰਹੀ ਸੀ, ਉਸ ਤੋਂ ਬਾਅਦ ਬੇਸ਼ੱਕ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਗ੍ਰਿਫਤਾਰੀ ਵੀ ਪਾ ਦਿੱਤੀ ਆ, ਪਰ ਕਿਤੇ ਨਾ ਕਿਤੇ ਦੋਨਾਂ ਵੱਲੋਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ। ਮੋਹਾਲੀ ਦੇ ਵਿੱਚ ਜਿਹੜਾ ਪੂਰਾ ਪਾਰਲੀਮੈਂਟ ਹੈ, ਇੱਥੇ ਦੋ ਦਿਨ ਪਹਿਲਾਂ ਮਾਹੌਲ ਜਿਹੜਾ ਗੈਂਗਵਾਰ ਹੁੰਦੀ ਬਚੀ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਬਚਿਆ ਹੈ। ਬੇਸ਼ੱਕ ਪੁਲਿਸ ਨੇ ਕਾਰਵਾਈ ਤਾਂ ਕਰ ਲਈ ਹੈ, ਪਰ ਹੁਣ ਇਹਨੂੰ ਲੈ ਕੇ ਲਗਾਤਾਰ ਆਲੋਚਨਾ ਹੋ ਰਹੀ ਹੈ। ਸਮਾਜ ਸੇਵੀ ਲੋਕ ਨੇ ਜੋ ਇਹਨਾਂ ਗਾਇਕਾਂ ਦੀ ਜਿਹੜੀ ਇਸ ਤਰ੍ਹਾਂ ਦੇ ਜਿਹੜੇ ਸੱਭਿਆਚਾਰ ਪੇਸ਼ ਕਰ ਰਹੇ ਨੇ, ਉਹਦੀ ਆਲੋਚਨਾ ਕਰ ਰਹੇ ਨੇ। ਸਾਡੇ ਨਾਲ ਨੇ ਸ਼ਹਿਰ ਦੇ ਕੌਂਸਲਰ, ਅਸੀਂ ਪੁੱਛ ਲੈਂਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਮਾਹੌਲ ਜਿਹੜਾ ਕਿਸ ਤਰ੍ਹਾਂ ਦਾ ਸੱਭਿਆਚਾਰ ਪੇਸ਼ ਕਰ ਰਹੇ ਨੇ। ਪਟਵਾਰੀ ਸਾਹਿਬ, ਪਿਛਲੇ ਦੋ ਦਿਨ ਤੋਂ ਤੁਸੀਂ ਦੇਖ ਰਹੇ ਹੋ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ, ਮੋਹਾਲੀ 'ਚ ਗੈਂਗਵਾਰ ਹੁੰਦੀ ਬਚੀ ਹੈ ਇਹਨਾਂ ਗਾਇਕਾਂ ਦੇ ਕਰਕੇ, ਕੀ ਕਹਿਣਾ ਚਾਹੁੰਦੇ? ਤਾਂ ਜਿਹੜੇ ਇਹ ਕਲਾਕਾਰ, ਮਤਲਬ ਇਹਨਾਂ ਦਾ ਇਨਫਲੂਐਂਸ ਹੈ ਨਾ ਜਿਹੜਾ ਬੱਚਿਆਂ ਦੇ ਉੱਤੇ ਬੜਾ ਨੈਗੇਟਿਵ ਪੈਂਦਾ। ਮੈਂ ਦੇਖਿਆ ਵੀ ਯੂਟਿਊਬ ਦੇ ਉੱਤੇ ਬੜੇ ਲੋਕ ਬੱਚੇ ਖਾਸ ਕਰਕੇ ਇਹਨਾਂ ਦਾ ਐਂ ਜੁੜ ਗਏ ਵੀ ਉਹਨਾਂ ਨੂੰ ਇੰਟਰਸਟ ਹੋ ਗਿਆ ਵੀ ਉੱਧਰ ਉਹ ਚੈਲੇਂਜ ਕਰ ਰਿਹਾ ਕੈਨੇਡਾ 'ਚੋਂ ਅਤੇ ਇੱਕ ਇੱਥੇ ਬੈਠਾ ਚੈਲੇਂਜ ਕਰ ਰਿਹਾ। ਅਤੇ ਮੈਂ ਤਾਂ ਇਹ ਸਮਝਦਾ ਵੀ ਇਹਨਾਂ ਨੂੰ ਇੰਨਾ ਸਮਾਂ ਪੁਲਿਸ ਨੂੰ ਲਾਉਣਾ ਹੀ ਨਹੀਂ ਚਾਹੀਦਾ ਸੀ ਜਿੰਨਾ ਲਾਇਆ, ਅਤੇ ਇਹ ਯੂਟਿਊਬ ਦੇ ਖਿਲਾਫ਼ ਵੀ ਇਹਦੇ ਖਿਲਾਫ਼ ਕੰਪਲੇਂਟ ਦਿੱਤੀ ਜਾਊਗੀ ਵੀ ਇਹੋ ਜਿਹੜੇ ਬੰਦੇ ਚੈਲੇਂਜਬਾਜ਼ੀਆਂ ਕਰਕੇ ਜਿਹੜੇ ਜਿਹਨਾਂ ਦਾ ਮਤਲਬ ਕੋਈ ਨਹੀਂ, ਸਿਰਫ ਫੁਕਰੇਬਾਜ਼ੀ ਆ, ਮਤਲਬ ਕੋਈ ਨਹੀਂ। ਦੇਖੋ ਹਥਿਆਰਾਂ ਨਸ਼ਿਆਂ ਦੇ ਪ੍ਰਮੋਟ ਕਰਨ ਦੇ ਜਿਹੜੇ ਢੰਗ ਤਰੀਕੇ ਨੇ ਉਹਨਾਂ ਨੂੰ ਹੀ ਇਹ ਮਤਲਬ ਗੀਤਾਂ ਦੇ ਵਿੱਚ ਉਹ ਕਰਦੇ ਨੇ, ਅਤੇ ਇੱਕ ਨੇ ਪਲੈਂਕ ਲੈ ਲਿਆ ਵੀ ਮੈਂ ਇਹਦੇ ਖਿਲਾਫ਼ ਹਾਂ, ਦੂਜੇ ਨੇ ਲੈ ਲਿਆ ਵੀ ਅਸੀਂ ਇਹ ਕਰਦੇ ਹਾਂ। ਅਤੇ ਮੈਂ ਕਹਿੰਦਾ ਵੀ ਦੇਖੋ ਇਹ ਸਾਰੀ ਜਿਹੜੀ ਛੋਟੇ ਬੱਚਿਆਂ ਨੂੰ ਛੋਟੀ ਪਨੀਰ ਨੌਜਵਾਨ ਪਨੀਰੀ ਨੂੰ ਗੁੰਮਰਾਹ ਕਰਨ ਦੀ ਚਾਲ ਹੈ, ਅਤੇ ਮੈਂ ਇਹਨੂੰ ਸਮਝਦਾ ਵੀ ਹੋ ਸਕਦਾ ਇਹ ਆਉਣ ਵਾਲੇ ਦਿਨਾਂ 'ਚ ਚੁੱਪ ਚਪੀਤਾ ਇਹ ਬੱਲੇ ਬੱਲੇ ਕਰਕੇ ਲੋਕਾਂ 'ਚ ਪਾਪੂਲੈਰਿਟੀ ਹੋ ਗਈ ਅਤੇ ਕੱਲ੍ਹ ਨੂੰ ਸਾਡੇ ਅੰਦਰੋਂ ਮਿਲੇ ਹੀ ਹੋਣ। ਇਹ ਮਤਲਬ ਕੋਈ ਮਤਲਬ ਹੁਣ ਹੋਣੀ ਗੱਲ ਨਹੀਂ ਵੀ ਕੱਲ੍ਹ ਨੂੰ ਇਹ ਮਿਲੇ ਹੋਈ ਨਿਕਲਣ, ਪਰ ਇਹਨਾਂ ਨੇ ਰੌਲਾ ਰੱਪਾ ਇਸ ਤਰ੍ਹਾਂ ਦਾ ਕ੍ਰੀਏਟ ਕਰਤਾ ਵੀ ਪਤਾ ਨਹੀਂ ਇਹ ਕੀ ਚੀਜ਼ ਨੇ। ਅਤੇ ਮੈਂ ਇਹਦੀ ਨਿਖੇਧੀ ਕਰਦਾ, ਅਤੇ ਮੈਂ ਕਹਿਣਾ ਵੀ ਪੁਲਿਸ ਨੂੰ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਬੰਦਿਆਂ ਨੂੰ ਸਖਤੀ ਨਾਲ ਨਜਿੱਠਾ ਜਾਣਾ ਚਾਹੀਦਾ, ਅਤੇ ਜਿਹੜੇ ਬੱਚਿਆਂ ਨੂੰ ਇਹਨਾਂ ਪ੍ਰਤੀ ਗੁੰਮਰਾਹ ਹੋਣ ਦੀ ਕੋਈ ਲੋੜ ਨਹੀਂ, ਇਹ ਤਾਂ ਆਪਦਾ ਬਿਜ਼ਨਸ ਵਧਾਉਣ ਲਈ ਆਪਦੇ ਕੰਮ ਕਰ ਰਹੇ ਨੇ। ਅਤੇ ਅਸੀਂ ਜਿੱਥੇ ਕੌਂਸਲਰ ਦੇ ਤੌਰ 'ਤੇ ਇੱਕ ਜ਼ਿੰਮੇਵਾਰ ਬੰਦੇ ਹਾਂ ਸ਼ਹਿਰ ਦੇ, ਅਤੇ ਨਾਲ ਅਸੀਂ ਵਿਸ਼ਵ ਪੰਜਾਬੀ ਇਹ ਜਿਹੜਾ ਕਲਮਕਾਰ ਪਰਿਵਾਰ ਹੈ ਉਹਦੇ ਵੱਲੋਂ ਵੀ ਜਿਹੜੀ ਸੰਸਥਾ ਗੰਦੇ ਗੀਤਾਂ ਵਾਸਤੇ ਜਿਹੜੀ ਗੰਦੇ ਮਤਲਬ ਕਲਚਰ ਨੂੰ ਪ੍ਰਮੋਟ ਕਰਦੇ ਲੋਕ ਨੇ ਅਤੇ ਇਸੇ ਤਰ੍ਹਾਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਲੋਕ ਨੇ ਉਹਨਾਂ ਦੇ ਖਿਲਾਫ਼ ਅਸੀਂ ਸੰਸਥਾ ਬਣਾਈ ਆ, ਉਹਦੇ ਵੱਲੋਂ ਵੀ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਅਤੇ ਅਸੀਂ ਬੇਨਤੀ ਕਰਦੇ ਹਾਂ ਲੋਕਾਂ ਨੂੰ ਵੀ ਇਹੋ ਜਿਹੇ ਕਿਰਦਾਰਾਂ ਨੂੰ ਬਿਲਕੁਲ ਡਿਸਕਾਰਡ ਕਰ ਦੇਣਾ ਚਾਹੀਦਾ, ਇਹਨਾਂ ਨੂੰ ਦੇਖਣਾ ਹੀ ਨਹੀਂ ਚਾਹੀਦਾ, ਲੜਾਈ ਇਹਦੀ ਕੀ ਹੈ, ਇਹ ਲੜਾਈ ਇਹਨਾਂ ਦੀ ਕੋਈ ਨਹੀਂ, ਇਹਨਾਂ ਨੂੰ ਦੇਖਣਾ ਬੰਦ ਕਰ ਦੇਣਾ ਚਾਹੀਦਾ ਤਾਂ ਕਿ ਜਿਹੜਾ ਇਹ ਡਰਾਮਾ ਰਚਿਆ ਇਹ ਪੁਲਿਸ ਨੂੰ ਵੀ ਇਹਦੇ ਖਿਲਾਫ਼ ਸਖਤ ਕਾਰਵਾਈ ਕਰੀ। ਸਾਡੇ ਨਾਲ ਕੌਂਸਲਰ ਨੇ ਬੋਵੀ ਕੰਬੋਜ ਜੀ, ਜੋ ਕੰਬੋਜ ਬਰਾਜੀ ਵੱਲੋਂ ਐਸ ਐਸ ਪੀ ਨੂੰ ਜਿਹੜੇ ਮੰਗ ਪੱਤਰ ਵੀ ਦੇ ਕੇ ਆਏ ਨੇ ਅਤੇ ਇਹਨਾਂ ਦੇ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਆ, ਬੋਵੀ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ, ਕੀ ਉਹਦੇ ਵਿੱਚ ਤੁਸੀਂ ਮੰਗ ਰੱਖੀ ਜੀ? ਹਾਂਜੀ, ਮੈਂ ਪਿਛਲੇ 4-5 ਦਿਨਾਂ ਤੋਂ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਜਿਹੜਾ ਵਿਚਾਰ ਕਰਿਆ, ਕਿਉਂਕਿ ਮੈਂ ਇਹਨਾਂ ਨੂੰ ਗਾਇਕਾਂ ਨੂੰ ਬਿਲਕੁਲ ਮਤਲਬ ਕਿ ਜਾਣਦਾ ਨਹੀਂ ਸੀਗਾ, ਨਾ ਮੈਂ ਸੁਣਦਾ ਸੀਗਾ। ਮੇਰੇ ਇੱਕ 16 ਸਾਲ ਦੇ ਭਤੀਜੇ ਨੇ ਜਦੋਂ ਮੈਨੂੰ ਦੱਸਿਆ, ਪ੍ਰਭਾਵਿਤ ਹੋ ਕੇ ਵੀ ਚਾਚੂ ਆ ਇੱਕ ਉਹਨਾਂ ਦੀ ਚੱਲ ਰਹੀ ਹੈ ਗੈਂਗਵਾਰ ਹੋਣ ਵਾਲੀ ਹੈ ਉੱਥੇ 88 ਸੈਕਟਰ 'ਚ, ਅਤੇ ਉਸ ਤੋਂ ਮੈਂ ਗੰਭੀਰਤਾ ਨਾਲ ਲਿਆ ਵੀ ਮੇਰਾ ਜਿਹੜਾ ਪੜ੍ਹਾਈ ਕਰਨ ਵਾਲਾ ਭਤੀਜਾ ਹੈ ਉਹ ਕੁਰਾਹੇ ਨਾ ਪੈ ਜਾਵੇ ਕਿਤੇ, ਉਹਨਾਂ ਦਾ ਪ੍ਰਭਾਵਿਤ ਨਾ ਹੋ ਜਾਵੇ। ਅਤੇ ਮੈਂ ਤੁਰੰਤ ਐਕਸ਼ਨ ਲੈਂਦੇ ਹੋਏ ਪ੍ਰੈਸ ਦੇ ਮਿੰਤਰਾਂ ਨਾਲ ਗੱਲ ਕਰੀ, ਉਹਨਾਂ ਨੇ ਮੇਰੀ ਜਿਹੜੀ ਆ ਆਵਾਜ਼ ਬੁਲੰਦ ਕਰੀ, ਉਹ ਅਖਬਾਰਾਂ 'ਚ ਮੇਰਾ ਜਿਹੜਾ ਆਵਾਜ਼ ਬੁਲੰਦ ਕੀਤੀ। ਉਸ ਤੋਂ ਬਾਅਦ ਮੈਂ ਆਪਣੀ ਸੰਸਥਾ ਦੇ ਮਾਧਿਅਮ ਰਾਹੀਂ, ਭਾਰਤੀ ਕਿਸਾਨ ਸੰਘ ਅਤੇ ਇੰਟਰਨੈਸ਼ਨਲ ਸਰਵਕੰਬੋਜ ਸਮਾਜ ਦੇ ਮਾਧਿਅਮ ਰਾਹੀਂ ਅਸੀਂ ਜਿਹੜਾ ਐਸ ਐਸ ਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ। ਉੱਥੇ ਉਹਨਾਂ ਨੂੰ ਬੇਨਤੀ ਕਰੀ ਕਿ ਵੈਸੇ ਤਾਂ ਉਹਨਾਂ ਨੇ ਬੜੀ ਗੰਭੀਰਤਾ ਨਾਲ ਜਿਹੜਾ ਐਸ ਐਸ ਪੀ ਸਾਹਿਬ ਨੇ ਇਸ ਮਸਲੇ ਨੂੰ ਲਿਆ ਹੈ, ਇਹਨਾਂ ਦੋਨਾਂ ਗਾਇਕਾਂ ਨੂੰ ਗ੍ਰਿਫਤਾਰ ਕੀਤਾ, ਐਲੀ ਮੰਗੜ ਦੇ ਉੱਤੇ ਸੰਗੀਨ ਧਾਰਾਵਾਂ ਲਗਾ ਕੇ ਪਰਚਾ ਦਰਜ ਕੀਤਾ। ਪਰ ਮੇਰਾ ਵਿਚਾਰ ਇਹ ਹੈ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਐਸ ਐਸ ਪੀ ਸਾਹਿਬ ਦਾ, ਪਰ ਮੇਰਾ ਵਿਚਾਰ ਇਹ ਹੈ ਵੀ ਇਹਨਾਂ ਨੂੰ ਇੱਥੇ ਹੀ ਬਸ ਨਹੀਂ ਹੋਣੀ ਚਾਹੀਦੀ। ਇਹਨਾਂ ਦੀ ਗੈਂਗਸਟਰਾਂ ਦੇ ਨਾਲ ਜਿਹੜਾ ਤਾਲਮੇਲ ਹੈ ਉਹ ਸਾਬਤ ਹੁੰਦਾ ਨਜ਼ਰ ਆਉਂਦਾ ਹੈ, ਅਤੇ ਉਹ ਸਾਬਤ ਉਹਦੀ ਤਫਤੀਸ਼ ਕੀਤੀ ਜਾਣੀ ਚਾਹੀਦੀ ਹੈ। ਪ੍ਰਬੰਧਕ ਸੁਹਾਣਾ ਜੀ, ਤੁਸੀਂ ਲੋਕਲ ਉੱਥੇ ਕੌਂਸਲਰ ਹੋ, ਜਿਸ ਤਰ੍ਹਾਂ ਤੁਸੀਂ ਦੇਖਿਆ ਉੱਥੇ ਡਰਾਮਾ ਹੋਇਆ, ਜਿਸ ਤਰ੍ਹਾਂ ਨੌਜਵਾਨ ਜਿਹੜੇ ਟਿਊਸ਼ਨ ਪੜ੍ਹਨ ਜਾਂਦੇ ਸੀ ਉਹ ਵੀ ਉਸ ਉਹਦੇ ਵਿੱਚ ਦੇਖਣ ਲੱਗੇ, ਉੱਥੇ ਗੈਂਗਵਾਰ ਹੁੰਦੀ ਬਚੀ ਆ, ਵੱਡਾ ਹਾਦਸਾ ਜਿਹੜਾ ਮਤਲਬ ਕਿਹਾ ਜਾਵੇ ਇੱਕ ਬਚਾਅ ਹੋ ਗਿਆ, ਕੀ ਕਹਿਣਾ ਤੁਹਾਡਾ ਜੀ? ਬਿਲਕੁਲ ਸਹੀ ਗੱਲ ਹੈ ਤੁਹਾਡੀ, ਇੱਕ ਖੂਨੀ ਜੰਗ ਦਾ ਰੂਪ ਧਾਰਨ ਕਰ ਜਾਣਾ ਸੀਗਾ ਦੋ ਕਲਾਕਾਰਾਂ ਦੀ, ਇੱਕ ਪਤਾ ਨਹੀਂ ਪਟਵਾਰੀ ਸਾਹਿਬ ਨੇ ਕਿਹਾ ਲੜਾਈ ਹੈ ਜਾਂ ਉਹਨਾਂ ਦੀ ਮਿੱਤਰਤਾ ਅੰਦਰੋਂ। ਸੋ ਇਹਦੇ ਲਈ ਜਿੱਥੇ ਇਹ ਕਲਾਕਾਰ ਜ਼ਿੰਮੇਵਾਰ ਹੈ ਉੱਥੇ ਪੰਜਾਬ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹੈ। ਪੰਜਾਬ ਸਰਕਾਰ ਨੂੰ ਇੱਕ ਸੈਂਸਰ ਬੋਰਡ ਬਣਾਉਣਾ ਚਾਹੀਦਾ ਜਿਹਦੇ ਵਿੱਚ ਪਹਿਲਾਂ ਜਦੋਂ ਗੀਤ ਨਿਕਲਣਾ, ਗੀਤ ਕੱਢਣਾ ਕਿਸੇ ਕਲਾਕਾਰ ਨੇ, ਉਹ ਸੈਂਸਰ ਬੋਰਡ 'ਚੋਂ ਪਾਸ ਹੋਵੇ। ਇਸ ਕਾਰਨ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਇਹ ਗੈਂਗਵਾਰ ਨੂੰ ਉਤਸ਼ਾਹਿਤ ਕਰਨ ਦੇ ਵਿੱਚ
कोई ध्यान नहीं दे रही, उन्हों का बहुत बड़ा रोल है सरकारों का। सो इस करके सरकार भी इस वल ध्यान देना चाहिए। ठीक है, बिल्कुल इनका स्पष्ट कहना है भी जिस तरह एक तो यह भी जांच करनी चाहिए है पुलिस को भी कि इन्होंने पब्लिसिटी नहीं इस तरह ड्रामा तो नहीं किया, क्योंकि आपस में जिस तरह इस जवानी जंग जी चलती रही है इन्हों की लंबा जीवन चल तो उस तो बाद आखिर पुलिस ने हूँ कार्रवाई की है। तो हूँ पुलिस वालों बेशक एली मांगड़ दो दिन के पुलिस रिमांड से पुलिस को हूँ दो दिन के किस तरह इस सच्चाई का पता लगे आने वाला समा दिखेगा। मोहाली तो कैमरा हरदीप सोढ़ी नाल गुरदीप बैनीपाल, डेली पोस्ट पंजाबी। ਪਿਰਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. ਪਿਰਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। ਪਿਰਮਿਡ ਵੀਜ਼ਾ, ਇੱਕ ਵਧੀਆ ਜ਼ਿੰਦਗੀ।